ਸਭ ਤੋਂ ਪਹਿਲਾਂ ਗੱਲਬਾਤ ਜੌਬ ਮਾਰਕੀਟ ਦੀ ਕਰੀਏ ਤਾਂ ਬੈਂਕ ਆਫ ਕੈਨੇਡਾ ਦੇ ਵੱਲੋਂ ਪਿਛਲੇ ਸਮੇਂ ਦੌਰਾਨ ਇੰਟਰਸਟ ਰੇਟ ਵਧਾਉਣ ਤੋਂ ਬਾਅਦ ਲੰਮਾ ਸਮਾਂ ਹੋਲਡ ਕੀਤੇ ਗਏ ਇੱਕ ਕੱਟ ਲਗਾਇਆ ਗਿਆ ਜਿਸ ਦੇ ਨਾਲ ਹੁਣ ਬੈਂਚਮਾਰਕਰ ਰੇਟ 4.5% ਦੇ ਉੱਪਰ ਹੈ ਇਸ ਤੋਂ ਬਾਅਦ ਲਗਾਤਾਰ ਚਰਚਾਵਾਂ ਚੱਲ ਰਹੀਆਂ ਨੇ ਕਿ ਆਖਰਕਾਰ ਬੈਂਕ ਦੇ ਵੱਲੋਂ ਅਗਲਾ ਕੱਟ ਕੀ ਲਗਾਇਆ ਜਾਣਾ ਸੋ ਬੈਂਕ ਦੋ ਤਿੰਨ ਚੀਜ਼ਾਂ ਤੇ ਨਿਰਭਰ ਕਰਦੀ ਹੈ ਇੱਕ ਤਾਂ ਇਹ ਹੈ ਕਿ ਜੌਬ ਮਾਰਕੀਟ ਕੀ ਕਹਿੰਦੀ ਹੈ ਕਿ ਜੇਕਰ ਜੋ ਮਾਰਕੀਟ ਦੇ ਵਿੱਚ ਡਿਮਾਂਡ ਉਸੇ ਟੰਗ ਦੇ ਨਾਲ ਬਣੀ ਹੋਈ ਹੈ ਤਾਂ ਬੈਂਕ ਇੰਟਰਸਟ ਰੇਟ ਨਹੀਂ ਘਟਾਉਂਦੀ ਇਸ ਤੋਂ ਇਲਾਵਾ ਇਨਫਲੇਸ਼ਨ ਰੇਟ ਮਹਿੰਗਾਈ ਦਾਰ ਕਿੱਥੇ ਜੇ ਖੜੀ ਹੈ ਉਹ ਵੀ ਬੈਂਕ ਦੇ ਡਿਸੀਜਨ ਤੇ ਨਿਰਪਰ ਕਰਦਾ ਹੈ ਇਸ ਤੋਂ ਇਲਾਵਾ ਤੀਜੀ ਚੀਜ਼ ਹੈ ਕਿ ਕੈਨੇਡੀਅਨ ਸਪੈਂਡ ਕਿੰਨਾ ਕਰ ਰਹੇ ਨੇ ਮਾਰਕੀਟ ਦੇ ਵਿੱਚ ਉਸ ਚੀਜ਼ ਦੇ ਉੱਪਰ ਵੀ ਤਾਂ ਇਹ ਸਾਰਾ ਕੁਝ ਹਿਸਾਬ ਕਿਤਾਬ ਲਾ ਕੇ ਬੈਂਕ ਦੀ ਗਵਰਨਿੰਗ ਕੌਂਸਲ ਦੇ ਵੱਲੋਂ ਫੈਸਲਾ ਲਿਆ ਜਾਂਦਾ ਹੈ ਸੋ ਅੱਜ ਜਿਹੜੇ ਸਟੈਟਿਸਟਿਕ ਕੈਨੇਡਾ ਨੇ ਨੰਬਰ ਜਾਰੀ ਕੀਤੇ ਆ ਉਹਦੇ ਵਿੱਚ ਕੈਨੇਡਾ ਦੀ ਬੇਰੋਜ਼ਗਾਰੀ ਦਰ ਵਧ ਕੇ 6.4% ਤੇ ਪੁੱਜ ਗਈ ਹੈ ਜਨਵਰੀ 2022 ਦੇ ਵਿੱਚ 6.5% ਤੇ ਸੀ ਤੇ ਉਸ ਤੋਂ ਬਾਅਦ ਇਹ ਰੈਕર્ડ ਨੰਬਰ ਹੈ ਇੱਕ ਟੰਗ ਦਾ ਕਿ ਮੁਲਕ ਦੀ ਬੇਰੋਜ਼ਗਾਰੀ ਦਰ 6.4% ਤੇ ਗਈ ਹੋਵੇ ਪਰੇਦੇ ਚ ਇਹ ਹੈ ਕਿ ਨੌਕਰੀਆਂ ਉਸ ਢੰਗ ਦੇ ਨਾਲ ਖਤਮ ਨਹੀਂ ਹੋ ਰਹੀਆਂ ਪਾਪੂਲੇਸ਼ਨ ਗਰੋਥ ਵੀ ਹੋ ਰਹੀ ਹੈ ਤੇ ਉਸ ਪਾਪੂਲੇਸ਼ਨ ਗਰੋਥ ਦੇ ਚਲਦਿਆਂ ਇਕਨੋਮੀ ਚ ਨਵੀਆਂ ਨੌਕਰੀਆਂ ਐਡ ਆਨ ਨਹੀਂ ਹੋ ਰਹੀਆਂ ਜਿਸ ਕਾਰਨ ਜੋਬ ਮਾਰਕੀਟ ਠੰਡੀ ਦਿਖਾਈ ਦੇ ਰਹੀ ਹੈ ਤੇ ਬੈਂਕ ਦੇ ਅਨਕੂਲ ਬਣਦੇ ਹੋਏ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਬੈਂਕ ਚਾਹੁੰਦੀ ਸੀ ਕਿ ਬੇਰੋਜ਼ਗਾਰੀ ਦਰ ਵਧੇ ਤਾਂ ਫੇਰ ਜਾ ਕੇ ਇਕਨੋਮੀ ਜਿਹੜੀ ਉਹ ਸਲੋ ਡਾਊਨ ਹੋਣੀ ਹੈ ਇਨਫਲੇਸ਼ਨ ਰੇਟ ਹੇਠਾਂ ਆਉਣੀ ਹੈ ਤੇ ਬੈਂਕ ਇੰਟਰਸਟ ਰੇਟ ਜਿਹੜਾ ਉਹ ਘਟਾਏਗਾ ਸੋ ਇਸ ਸਮੇਂਦਰਾਂ 3400 ਦੇ ਲਗਭਗ ਪਰਮਾਨੈਂਟ ਜੌਬਸ ਜਿਹੜੀਆਂ ਉਹ ਖਤਮ ਹੋਈਆਂ ਨੇ 1900 ਪਾਰਟ ਟਾਈਮ ਵਧੀਆਂ ਨੇ ਪਰ ਜਿਹੜੇ ਪ੍ਰਮੁੱਖ ਫੈਕਟਰ ਰਹੇ ਨੇ ਕਿ ਇੱਕ ਤਾਂ ਵੇਅਰ ਹਾਊਸਿੰਗ ਵੱਡਾ ਸੈਕਟਰ ਹੈ ਨੌਕਰੀਆਂ ਦਾ ਤਾਂ ਉੱਥੇ 11700 ਨੌਕਰੀਆਂ ਘਟੀਆਂ ਨੇ ਇਸੇ ਤੰਗ ਦੇ ਨਾਲ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ 8800 ਨੌਕਰੀਆਂ ਘਟੀਆਂ ਨੇ ਅਕਮੋਡੇਸ਼ਨ ਤੇ ਫੂਡ ਸੈਕਟਰ ਦੇ ਵਿੱਚ 17200 ਨੌਕਰੀਆਂ ਐਡ ਹੋਈਆਂ ਨੇ ਤੇ ਐਗਰੀਕਲਚਰ ਸੈਕਟਰ ਦੇ ਵਿੱਚ ਵੀ 12300 ਨੌਕਰੀਆਂ ਜਿਹੜੀਆਂ ਉਹ ਪੈਦਾ ਹੋਈਆਂ ਨੇ ਕਿਉਂਕਿ ਇਸ ਸਮੇਂ ਕਮ ਕਾਜ ਐਗਰੀਕਲਚਰ ਦਾ ਵੀ ਚੱਲ ਪੈਂਦਾ ਤਾਂ ਕੁੱਲ ਮਿਲਾ ਕੇ ਜੋਬ ਮਾਰਕੀਟ ਦੇ ਸੰਦੇਸ਼ ਜਿਹੜੇ ਨੇ ਉਹ ਨਰਮਾਈ ਵਾਲੇ ਨੇ ਕਿ ਜੋਬ ਮਾਰਕੀਟ ਠੰਡੀ ਐ ਪਰ ਇਸੇ ਸਮੇਂ ਦੌਰਾਨ ਟੀਡੀ ਬੈਂਕ ਬੀਐਮਓ ਜਾਂ ਬਾਕੀ ਵੱਡੀਆਂ ਬੈਂਕਾਂ ਦੇ ਜਦੋਂ ਅਸੀਂ ਅਰਥਸ਼ਾਸਤਰੀਆਂ ਦੀ ਗੱਲ ਕਰਦੇ ਆ ਤਾਂ ਉਹ ਇਹ ਕਹਿੰਦੇ ਨੇ ਕਿ ਬੈਂਕ ਇੰਟਰਸਟ ਰੇਟ ਜੁਲਾਈ ਵਾਲੀ ਮੀਟਿੰਗ ਦੇ ਵਿੱਚ ਨਹੀਂ ਲਾਏਗਾ ਕਹਿੰਦੇ ਕਿ ਇਹਦੀਆਂ ਬਹੁਤ ਘੱਟ ਸੰਭਾਵਨਾਵਾਂ ਨੇ ਕਿ ਬੈਂਕ ਦੇ ਵੱਲੋਂ ਜੁਲਾਈ ਦੀ ਮੀਟਿੰਗ ਦੇ ਵਿੱਚ ਇੰਟਰਸਟ ਰੇਟਸ ਦੇ ਵਿੱਚ ਇੱਕ ਹੋਰ ਕਟ ਲਗਾਇਆ ਜਾਏਗਾ ਉਹ ਕਹਿੰਦੇ ਕਿ ਸਤੰਬਰ ਤੱਕ ਜਾਣਾ ਸਤੰਬਰ ਦੇ ਵਿੱਚ ਜਾ ਕੇ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ 'ਚ ਦੂਜਾ ਕਟ ਲਗਾਉਣ ਦੀਆਂ ਸੰਭਾਵਨਾਵਾਂ ਨੇ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਕਿ ਜੌਬ ਮਾਰਕੀਟ ਡਿਪੈਂਡ ਕਰਦੀ ਹੈ ਪਰ ਇਨਫਲੇਸ਼ਨ ਰੇਟ ਜਿਹੜੀ ਹੈ ਮਹਿੰਗਾਈ ਦਰ ਹੈ ਉਹ ਉਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਇਹਦੇ 'ਚ ਬਣ ਜਾਂਦੀ ਹੈ ਤੇ ਮਹਿੰਗਾਈ ਦਰ ਬੇਸ਼ੱਕ ਘਟੀ ਹੈ 3% ਤੋਂ ਥੱਲੇ ਹੈ ਪਰ ਇਹ ਉਸ ਤੰਗ ਦੇ ਨਾਲ ਉਸ ਰਫ਼ਤਾਰ ਦੇ ਨਾਲ ਹੋਰ ਨਹੀਂ ਘਟ ਰਹੀ ਜਿਸ ਰਫ਼ਤਾਰ ਦੇ ਨਾਲ ਬੈਂਕ ਚਾਹੁੰਦੀ ਹੈ ਕਿਉਂਕਿ ਇਹ 3% ਦੇ ਏਰਗੇਟ 'ਚ ਤਾਂ ਆ ਜਾਂਦੀ ਹੈ ਪਰ 3% ਤੋਂ ਇਹਨੂੰ 2% ਤੇ ਲੈ ਜਾਣਾ ਇਹ ਕਾਫੀ ਵੱਡਾ ਚੈਲੰਜ ਰਹਿੰਦਾਗਾ ਤੇ ਉਹੀ ਚੈਲੰਜ ਇਸ ਸਮੇਂ ਸਾਹਮਣੇ ਹੈ ਕਿ ਮਾਰਕੀਟ ਦੇ ਵਿੱਚ ਡਿਮਾਂਡ ਵੀ ਬਰਕਰਾਰ ਹੈ 인ਫਲੇਸ਼ਨ ਰੇਟ ਦੇ ਜਿਹੜੇ ਲਾਸਟ ਨੰਬਰ ਆਏ ਸੀ ਉਹ 'ਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਸੀ ਤਾਂ ਇਸ ਸਾਰੀ ਪ੍ਰਕਿਰਣ ਦੇਖ ਕੇ ਅਰਥਸ਼ਾਸਤਰੀਆਂ ਦੇ ਮੰਨਣਾ ਹੈ ਕਿ ਸਤੰਬਰ ਤੱਕ ਪਹਿਲਾ ਕਟ ਜਿਹੜਾ ਉਹ ਲੱਗ ਸਕਦਾ ਹੈ ਕਿਉਂਕਿ ਜਦੋਂ ਅਸੀਂ ਗਵਾਂਡੀ ਮੁਲਕ ਅਮਰੀਕਾ ਦੀ ਗੱਲ ਕਰਦੇ ਹਾਂ ਤਾਂ ਅਮਰੀਕਾ ਦੇ ਨਾਲੋਂ ਇੰਟਰਸਟ ਰੇਟਸ ਦੇ ਵਿੱਚ ਜਿਆਦਾ ਫਰਕ ਕੈਨੇਡਾ ਨਹੀਂ ਰੱਖ ਸਕਦਾ ਕਿਉਂਕਿ ਕੈਨੇਡੀਅਨ ਡਾਲਰ ਨੂੰ ਉਹ ਚੀਜ਼ ਇੰਪੈਕਟ ਕਰਦੀ ਹੈ ਇੰਪੋਰਟ ਐਕਸਪੋਰਟ ਨੂੰ ਇੰਪੈਕਟ ਕਰਦੀ ਹੈ ਕਿਉਂਕਿ ਅਮਰੀਕਾ ਕੈਨੇਡਾ ਦਾ ਸਭ ਤੋਂ ਵੱਡਾ ਬਿਜ਼ਨਸ ਅਲਾਈ ਹੈ ਤੇ ਅਮਰੀਕਾ ਦੇ ਵਿੱਚ ਫੈਡਰਲ ਰਿਜ਼ਰਵ ਦੇ ਵੱਲੋਂ ਸਤੰਬਰ ਚ ਜਾ ਕੇ ਪਹਿਲੇ ਕੱਟ ਦੀ ਚਰਚਾ ਕੀਤੀ ਜਾ ਰਹੀ ਹੈ ਲਾਸਟ ਮੀਟਿੰਗਸ ਦੇ ਵਿੱਚ ਉਹਨਾਂ ਦੇ ਵੱਲੋਂ ਇੰਟਰਸਟ ਰੇਟ ਆਪਣੇ ਹੋਲਡ ਰੱਖੇ ਗਏ ਨੇ ਤੇ ਹੁਣ ਸਤੰਬਰ ਚ ਸੁਭਾਵਨਾਵਾਂ ਨੇ ਕਿ ਕੱਟ ਲਾਏ ਜਾ ਸਕਦੇ ਐ ਪਰ ਦੂਜੇ ਪਾਸੇ ਯੂਰਪੀਅਨ ਯੂਨੀਅਨਸ ਦੇ ਵਿੱਚ ਵੀ ਇੰਟਰਸਟ ਰੇਟ ਚ ਕੱਟ ਲੱਗੇ ਐ ਤੇ ਕੈਨੇਡਾ ਚ ਵੀ ਲੱਗਿਆ ਤੇ ਅਗਲਾ ਕੱਟ ਸਤੰਬਰ ਦੇ ਵਿੱਚ ਸੁਭਾਵਨਾਵਾਂ ਨੇ ਕਿ ਉਸ ਸਮੇਂ ਤੱਕ ਉਸ ਟੰਗ ਦਾ ਮਾਹੌਲ ਬਣੇਗਾ ਪਰ ਜੌਬ ਮਾਰਕੀਟ ਸਲੋ ਐ ਅਨਪਲੋਇਮੈਂਟ ਰੇਟ 6.4% ਤੇ ਪੁੱਜ ਗਈ ਐ ਤੇ ਇਹਦੇ ਚ ਪ੍ਰਮੁੱਖ ਕਾਰਨ ਪਾਪੂਲੇਸ਼ਨ ਦੀ ਗਰੋਥ ਵੀ ਐ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।